ਪ੍ਰੀਤ ਕੌਰ ਨੇ ਮਾਤਾ ਗੁਜਰੀ ਕੋਲਨੀ 'ਚ ਰਹਿੰਦੇ ਨੇ, ਉਹਨਾਂ ਦੀ ਜਿਵੇਂ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਹੋਣੀ ਨੇ ਖੇੜੀ ਜੱਟਾਂ ਸੰਗਰੂਰ ਤੋਂ, ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ, ਇਹਨਾਂ ਦਾ ਕੋਈ ਆਪਸ 'ਚ ਮੈਟ੍ਰੀਮੋਨੀਅਲ ਡਿਸਪਿਊਟ ਚੱਲਦਾ। ਅੱਜ ਇਹ ਮੇਰੇ ਖਿਆਲ ਦੋਨੇ ਪਾਰਟੀ ਇਹਨਾਂ ਦੇ ਘਰ ਇਕੱਠੀਆਂ ਹੋਈਆਂ ਸੀਗੀਆਂ, ਅਤੇ ਗੁਰਵਿੰਦਰ ਸਿੰਘ ਹੋਣੀ ਆਪਣੇ ਨਾਲ ਦੋ ਤਿੰਨ ਜਣੇ ਲੈ ਕੇ ਆਏ ਸੀ, ਇਹਨਾਂ ਦੀ ਕੀ ਗੱਲ ਚੱਲ ਰਹੀ ਸੀ ਸਾਨੂੰ ਨਹੀਂ ਪਤਾ। ਇਹਨਾਂ ਦੀ ਪਹਿਲਾਂ ਉੱਥੇ ਆਪਸ 'ਚ ਲੜਾਈ ਹੋਈ ਹੈ ਦੋਨਾਂ ਦੀ ਗਰੁੱਪਸ ਦੀ, ਉਸ ਤੋਂ ਬਾਅਦ ਆਫਟਰ ਦੈਟ ਜਦੋਂ ਇਹ ਹੋਸਪਿਟਲ ਦਾਖਲ ਹੋਣ ਆਏ ਹੈ ਉਦੋਂ ਇਹਨਾਂ ਦੀ ਲੜਾਈ। ਸਾਨੂੰ ਇਹ ਤਕਰੀਬਨ ਕੁਛ 3:30-4 ਵਜੇ ਦੀ ਗੱਲ ਹੈ, ਸਾਨੂੰ ਇਨਫੋਰਮੇਸ਼ਨ ਆਈ ਹੈ ਅਸੀਂ ਹੋਸਪਿਟਲ ਆਏ ਹਾਂ। ਜਿਹੜੇ ਗੁਰਵਿੰਦਰ ਸਿੰਘ ਹੋਣੀ ਨੇ ਅਤੇ ਉਹਨਾਂ ਦੇ ਇੱਕ ਕਜ਼ਨ ਨੇ, ਉਹ ਤਾਂ ਦਾਖਲ ਨੇ ਉਰੇ, ਅਤੇ ਜਿਹੜੀ ਗੁਰਜੀਤ ਕੌਰ ਹੋਣੀ ਨੇ ਉਹਨਾਂ ਦੇ ਜਿਵੇਂ ਥਾਏ 'ਚ ਪੱਟ 'ਚ ਉਹਨਾਂ ਦੇ ਗੋਲੀ ਲੱਗੀ ਹੈ, ਅਤੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ, ਅਤੇ ਚੀਫ ਟੀਮ ਚੰਡੀਗੜ੍ਹ ਭੇਜੀ ਇਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ ਕਾਰੋਬਾਰ। ਅਤੇ ਬੀਬੀ ਗੁਰਜੀਤ ਕੌਰ ਕਹਿੰਦੇ ਨੇ ਸਾਡੇ ਨਾਲ ਗੱਲਬਾਤ ਹੋਈ ਸੀ, ਕਹਿੰਦੇ ਸਾਨੂੰ ਜਿਹੜੇ ਖੇੜੀ ਵਾਲਾ ਬਾਬਾ ਉਹਨਾਂ ਦਾ ਜਮਾਈ ਹੈ ਵੀ ਉਹ ਸਾਨੂੰ ਥਰੈਟ ਕਰਦਾ ਲਗਾਤਾਰ, ਗੋਲਡੀ ਬਰਾੜ ਦੀਆਂ ਧਮਕੀਆਂ ਵੀ ਦਿੰਦਾ ਸੀ, ਪੁਲਿਸ ਨੂੰ ਸੁਚੇਤ ਵੀ ਕਰਿਆ, ਉਹ ਇੱਦਾਂ ਕਹਿੰਦੇ ਨੇ। ਦੇਖੋ ਜੀ, ਹਲੇ ਸਾਡੀ ਗੁਰਜੀਤ ਕੌਰ ਉਹਨਾਂ ਦੇ ਕੋਈ ਉਰੇ ਹੈ ਨਹੀਂ, ਨਾ ਉਹਨਾਂ ਦੇ ਨਾਲ ਗੱਲ ਹੋਈ ਹੈ। ਜੇ ਕੋਈ ਇਹੋ ਜਿਹੀ ਗੱਲ ਹੋਊਗੀ ਜਿਹੜੀ ਜੋ ਬਣਦੀ ਕਾਰਵਾਈ ਹੋਊਗੀ, ਹਲੇ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੈਗਾ, ਅਸੀਂ ਤਾਂ ਜਿਹੜੇ ਇੱਥੋਂ ਲੋਕਾਂ ਤੋਂ ਗੱਲ ਪਤਾ ਚੱਲੀ ਹੈ, ਜਿਹੜੀ ਇੱਕ ਪਾਰਟੀ ਦਾਖਲ ਹੈ ਉਹਨਾਂ ਨਾਲ ਸਾਡੀ ਗੱਲ। ਜੇ ਕੋਈ ਇਹੋ ਜਿਹੀ ਗੱਲ ਹੋਊਗੀ ਤਾਂ ਅਕੋਰਡਿੰਗਲੀ ਕਾਰਵਾਈ ਹੋਊਗੀ। ਅਤੇ ਵਾਈਪਨ ਕਿਹਨਾਂ ਵੱਲੋਂ ਯੂਜ਼ ਕਰੇਗਾ? ਦੇਖੋ ਜੀ, ਗੁਰਜੀ ਹਲੇ ਤੱਕ ਇੰਨੀ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਦੇ ਗੋਲੀ ਲੱਗੀ ਹੈ, ਕਿਹਨੇ ਚਲਾਈ ਹੈ, ਕਿਵੇਂ ਚੱਲੀ ਹੈ, ਇਹ ਹਲੇ ਕਲੀਅਰ ਨਹੀਂ। ਪ੍ਰੀਤ ਕੌਰ ਨੇ ਮਾਤਾ ਗੁਜਰੀ ਕੋਲਨੀ 'ਚ ਰਹਿੰਦੇ ਨੇ, ਉਹਨਾਂ ਦੀ ਜਿਵੇਂ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਹੋਣੀ ਨੇ ਖੇੜੀ ਜੱਟਾਂ ਸੰਗਰੂਰ ਤੋਂ, ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ, ਇਹਨਾਂ ਦਾ ਕੋਈ ਆਪਸ 'ਚ ਮੈਟ੍ਰੀਮੋਨੀਅਲ ਡਿਸਪਿਊਟ ਚੱਲਦਾ। ਅੱਜ ਇਹ ਮੇਰੇ ਖਿਆਲ ਦੋਨੇ ਪਾਰਟੀ ਇਹਨਾਂ ਦੇ ਘਰ ਇਕੱਠੀਆਂ ਹੋਈਆਂ ਸੀਗੀਆਂ, ਅਤੇ ਗੁਰਵਿੰਦਰ ਸਿੰਘ ਹੋਣੀ ਆਪਣੇ ਨਾਲ ਦੋ ਤਿੰਨ ਜਣੇ ਲੈ ਕੇ ਆਏ ਸੀ, ਇਹਨਾਂ ਦੀ ਕੀ ਗੱਲ ਚੱਲ ਰਹੀ ਸੀ ਸਾਨੂੰ ਨਹੀਂ ਪਤਾ। ਇਹਨਾਂ ਦੀ ਪਹਿਲਾਂ ਉੱਥੇ ਆਪਸ 'ਚ ਲੜਾਈ ਹੋਈ ਹੈ ਦੋਨਾਂ ਦੀ ਗਰੁੱਪਸ ਦੀ, ਉਸ ਤੋਂ ਬਾਅਦ ਆਫਟਰ ਦੈਟ ਜਦੋਂ ਇਹ ਹੋਸਪਿਟਲ ਦਾਖਲ ਹੋਣ ਆਏ ਹੈ ਉਦੋਂ ਇਹਨਾਂ ਦੀ ਲੜਾਈ। ਸਾਨੂੰ ਇਹ ਤਕਰੀਬਨ ਕੁਛ 3:30-4 ਵਜੇ ਦੀ ਗੱਲ ਹੈ, ਸਾਨੂੰ ਇਨਫੋਰਮੇਸ਼ਨ ਆਈ ਹੈ ਅਸੀਂ ਹੋਸਪਿਟਲ ਆਏ ਹਾਂ। ਜਿਹੜੇ ਗੁਰਵਿੰਦਰ ਸਿੰਘ ਹੋਣੀ ਨੇ ਅਤੇ ਉਹਨਾਂ ਦੇ ਇੱਕ ਕਜ਼ਨ ਨੇ, ਉਹ ਤਾਂ ਦਾਖਲ ਨੇ ਉਰੇ, ਅਤੇ ਜਿਹੜੀ ਗੁਰਜੀਤ ਕੌਰ ਹੋਣੀ ਨੇ ਉਹਨਾਂ ਦੇ ਜਿਵੇਂ ਥਾਏ 'ਚ ਪੱਟ 'ਚ ਉਹਨਾਂ ਦੇ ਗੋਲੀ ਲੱਗੀ ਹੈ, ਅਤੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ, ਅਤੇ ਚੀਫ ਟੀਮ ਚੰਡੀਗੜ੍ਹ ਭੇਜੀ ਇਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ ਕਾਰੋਬਾਰ। ਅਤੇ ਬੀਬੀ ਗੁਰਜੀਤ ਕੌਰ ਕਹਿੰਦੇ ਨੇ ਸਾਡੇ ਨਾਲ ਗੱਲਬਾਤ ਹੋਈ ਸੀ, ਕਹਿੰਦੇ ਸਾਨੂੰ ਜਿਹੜੇ ਖੇੜੀ ਵਾਲਾ ਬਾਬਾ ਉਹਨਾਂ ਦਾ ਜਮਾਈ ਹੈ ਵੀ ਉਹ ਸਾਨੂੰ ਥਰੈਟ ਕਰਦਾ ਲਗਾਤਾਰ, ਗੋਲਡੀ ਬਰਾੜ ਦੀਆਂ ਧਮਕੀਆਂ ਵੀ ਦਿੰਦਾ ਸੀ, ਪੁਲਿਸ ਨੂੰ ਸੁਚੇਤ ਵੀ ਕਰਿਆ, ਉਹ ਇੱਦਾਂ ਕਹਿੰਦੇ ਨੇ। ਦੇਖੋ ਜੀ, ਹਲੇ ਸਾਡੀ ਗੁਰਜੀਤ ਕੌਰ ਉਹਨਾਂ ਦੇ ਕੋਈ ਉਰੇ ਹੈ ਨਹੀਂ, ਨਾ ਉਹਨਾਂ ਦੇ ਨਾਲ ਗੱਲ ਹੋਈ ਹੈ। ਜੇ ਕੋਈ ਇਹੋ ਜਿਹੀ ਗੱਲ ਹੋਊਗੀ ਜਿਹੜੀ ਜੋ ਬਣਦੀ ਕਾਰਵਾਈ ਹੋਊਗੀ, ਹਲੇ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੈਗਾ, ਅਸੀਂ ਤਾਂ ਜਿਹੜੇ ਇੱਥੋਂ ਲੋਕਾਂ ਤੋਂ ਗੱਲ ਪਤਾ ਚੱਲੀ ਹੈ, ਜਿਹੜੀ ਇੱਕ ਪਾਰਟੀ ਦਾਖਲ ਹੈ ਉਹਨਾਂ ਨਾਲ ਸਾਡੀ ਗੱਲ। ਜੇ ਕੋਈ ਇਹੋ ਜਿਹੀ ਗੱਲ ਹੋਊਗੀ ਤਾਂ ਅਕੋਰਡਿੰਗਲੀ ਕਾਰਵਾਈ ਹੋਊਗੀ। ਅਤੇ ਵਾਈਪਨ ਕਿਹਨਾਂ ਵੱਲੋਂ ਯੂਜ਼ ਕਰੇਗਾ? ਦੇਖੋ ਜੀ, ਗੁਰਜੀ ਹਲੇ ਤੱਕ ਇੰਨੀ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਦੇ ਗੋਲੀ ਲੱਗੀ ਹੈ, ਕਿਹਨੇ ਚਲਾਈ ਹੈ, ਕਿਵੇਂ ਚੱਲੀ ਹੈ, ਇਹ ਹਲੇ ਕਲੀਅਰ ਨਹੀਂ।